ਲੇ ਵੀ ਦੋਸਤੋ ਅੱਜ ਆਪਾਂ ਗੱਲ ਪਤੀਲੀ ਦੀ ਕਰਦੇ ਆ ਨਾ ਬੱਕਰੀਆਂ ਵਾਲਿਆਂ ਦੀ ਪਤੀਲੀ ਆ ਦੇਖ ਸਕਦੇ ਆ ਪਤੀਲੀਆਂ ਬਹੁਤ ਹੋਣੀਆਂ ਇਹ ਆ ਕੀ ਬੱਕਰੀਆਂ ਵਾਲਿਆਂ ਦੀ ਪਤੀਲੀ ਇਹ ਬਣੀ ਕਾਦੀ ਹੋਈ ਐ ਬਈ ਇਹ ਪਿੱਤਲ ਦੀ ਮੈਂ ਮੈਂ ਹਾਂਜੀ ਇਹ ਅਸਲੀ ਪਿੱਤਲ ਜਿਹਨੂੰ ਕਾਂਸਾ ਕਿਹਾ ਜਾਂਦਾ ਇਹਦੇ ਵਿੱਚ ਪਾਣੀ ਪਾ ਕੇ ਹਾਂ ਤੇ ਜਿਹੜੇ ਮਤਲਬ ਬੰਦੇ ਕਹਿੰਦੇ ਹੁੰਦੇ ਨੇ ਤੜਕੇ ਨਿਰਨੇ ਉੱਠ ਕੇ ਕਾਲ ਜੇ ਕੱਚੇ ਘੜੇ ਦਾ ਜਾਂ ਪਾਣੀ ਪੀ ਲਿਆ ਉਹ ਪਿੱਤਲਾ ਜਿਹੜਾ ਇਹਦੇ ਵਿੱਚ ਪਾਣੀ ਪਿਉ ਜਾ ਇਹਦੇ ਵਿੱਚ ਚਾਹ ਬਣਾ ਕੇ ਪਿਉ ਪਾਣੀ ਪਾ ਦਿਓ ਠੰਡਾ ਹੋ ਜਾਊ ਠੀਕਾ ਜੇ ਨਹੀਂ ਯਕੀਨ ਤਾਂ ਪੂਰੀ ਗਰਮੀ ਦੇ ਵਿੱਚ ਇਹਦੇ ਪਾਣੀ ਲਿਆ ਕੇ ਵਿੱਚ ਪਾ ਦਿਓ ਆਲੇ-ਦਾਲੇ ਸਿਮਨ ਲੱਗ ਜਾਊ ਸਿਮਨ ਲੱਗ ਜਾਊ ਆਈ ਮੈਂ ਠੰਡਾ ਕਰ ਦਿੰਦਾ ਦੁੱਧ ਦਾ ਦੁੱਧ ਪਾਣੀ ਦਾ ਪਾਣੀ ਹੋ ਜਾਊ ਹੁਣੇ ਦੇਖ ਲਓ ਠੰਡਾ ਪਾਣੀ ਪਾ ਦਿਓ ਲਿਆ ਕੇ ਇਹਨੇ ਸਿਮਨ ਲਾ ਜਾਣਾ ਠੀਕਾ ਆਟੋਮੈਟਿਕ ਨਹੀਂ ਵੀ ਦੇਖ ਸਕਦੇ ਪਹਿਲਾਂ ਇਹਦੀ ਸਾਫ ਸਫਾਈ ਦੇਖੋ ਆ ਮਾਂਜੀ ਵੀ ਮਾਂ ਦੇ ਕਹਨ ਨਾਲ 11 ਵਜੇ ਨੂੰ ਇਹ ਅਜੇ ਰੀਝਾਂ ਲੱਗੀਆਂ ਨਹੀਂ ਇੱਥੇ ਪੂਰੀਆਂ ਕੋਈ ਟਾਈਮ ਅੱਜ ਪੂਰਾ ਪੂਰਾ ਬਾਈ 3-4 ਵਜੇ ਤੱਕ ਬੱਕਰੀਆਂ ਖੁੱਲੀਆਂ ਆਪਣੀਆਂ ਹੈ ਨਾ ਸਹੀ ਗੱਲ ਹੈ ਹੁਣੀ ਅਜੇ ਚਾਹ ਬਣਾ ਕੇ ਪੀਤੀ ਆ ਯਾਨਕਿ ਹਜੇ ਚੰਗੀ ਤਰ੍ਹਾਂ ਮਾਂਜੀ ਨਹੀਂ ਹੈਗੀ ਨਾ ਹਜੇ ਮਾਂਜੀ ਨਹੀਂ ਮੂੰਹ ਦੇਖਣ ਲੱਗ ਗਏ ਮੈਂ ਕਹਿੰਦਾ ਹਜੇ ਜੇ ਨਾ ਬਾਣ ਦਿੰਦਾ ਚਾਹ ਪੱਗ ਬੰਨ ਲੈਂਦਾ ਅੱਛਾ ਪੱਗ ਵਾ ਜਿੰਨੇ ਯਕੀਨ ਤਾ ਢਾ ਕੇ ਬੰਨਦਾ ਨਾ ਠੀਕ ਹੈ ਦੇਖ ਲਓ ਤੂੰ ਦੇਖਦਾ ਵੀ ਦਿੰਦਾ ਨਹੀਂ ਮੈਂ ਹੁਣੀ ਇੱਕ ਨਹੀਂ ਦੇਖ ਲਓ ਇੱਕ ਨਹੀਂ ਬੰਨਦਾ ਨਾ ਹਜੇ ਉਨੀ ਸਾਫ ਨਹੀਂ ਹੈਗੀ ਨਾ ਹਜੇ ਵੀ ਦਿੰਦਾ ਅੱਛਾ ਹਜੇ ਵੀ ਸੂਰ ਜਿਹਾ ਹੁੰਦਾ ਮਤਲਬ ਦਿੰਦਾ ਹੁੰਦਾ ਨਾ ਬੱਕਰੀ ਵਾਲੇ ਨੂੰ ਮੈਂ ਕਹਿੰਦਾ ਮਤਲਬ ਲਈ ਨਹੀਂ ਜੇ ਪੱਗ ਬੰਨਣੀ ਆਈ ਪਿਆਏ ਦੇਖ ਲੈਨੇ ਵੀ ਸੱਟ ਹਾਂ ਸੱਟਾ ਹਾਂ ਲਓ ਬਸ ਦੇਖ ਲੈ ਕਿੰਨੇ ਕਿਲੋ ਦੀ ਹੋਊਗੀ ਇਹ ਬਾਈ ਹੁਣ ਤਾਂ ਰਹੇਗੀ 3.5 ਕਿਲੋ ਦੀ ਅੱਛਾ ਯਾਰ ਜਣੀ 3.5-4 ਕਿਲੋ ਦੀ ਬਿਜਲੀ ਸੀ 3.5-4 ਕਿਲੋ ਦੀ ਹਾਂ ਚੱਕੀ ਚੱਕ ਕੇ ਕੁੰਡੇ ਮੈਂ ਲਵਾਏ ਨੇ ਬਾਕੀ ਤਾਂ ਦੂਜੇ ਲੋੜ ਹੁੰਦੀ ਸੀ ਅੱਛਾ ਠੀਕ ਆ ਆ ਪੁਰਾਣੇ ਕੁੰਡੇ ਲਵਾਏ ਨੇ ਕਿਸੇ ਬੁੜੀ ਤੋਂ ਮੰਗ ਕੇ ਠੀਕ ਆ ਦੋ ਪਤੀਲੀਆਂ ਨੇ ਮੇਰੇ ਕੋਲ ਇਹਦੇ ਨਾਲ ਦੀ ਪਤੀਲੀ ਆ ਜਿਹੜੀ ਉਹ ਥੋੜੀ ਜੀ ਉਹ ਆ ਇਹਦੇ ਮਤਲਬ ਗੁੱਡੀ ਨਾਂਗੀ ਉੱਪਰ ਚ ਹਾਂ ਆ ਦੇਖ ਆ ਦੇਖ ਤੁਸੀਂ ਦੇਖ ਸਕਦੇ ਹੋ ਐ ਪੇਪਤੀ ਲਿਖਦੇ ਝੋਲੇ ਦੇ ਪੈਸੇ ਸੀ ਲੁੱਟ ਪਾਉਂਦੇ ਨਾ ਬੱਕ ਭਾਨੇ ਠੀਕ ਆ ਉਹ ਐ ਕੱਢਦੇ ਆ ਨਾ ਕਿ ਜੇ ਮੈਂ ਗੱਡੀ ਮੈਂ ਨਹੀਂ ਦੇਖੀ ਗੱਡੀ ਲੰਗੀ ਉੱਪਰੋਂ ਮੈਂ ਮੈਂ ਤਾਂ ਜਾਦ ਯਾਰ ਚੰਗਾ ਪਾਇਆ ਸੀ ਮੈਂ ਕੱਲਾ ਜਾਣਾ ਨਿਓਪਰ ਵਾਲੇ ਰਾਹ ਦੇ ਉੱਤੇ ਇਹ ਮੈਂ ਤਾਂ ਗੱਡੀ ਦੇਖੀ ਜਾ ਮੈਂ ਕਹਿੰਦਾ ਸਾਰੀ ਛਲਪ ਕਰੀ ਜਾਂਦੀ ਇਹਨੂੰ ਕੀ ਹੋ ਗਿਆ ਹੁਣ ਮੇਨੇ ਤਾਂ ਧਿਆਨ ਬੱਕਰੀਆਂ ਦੀ ਬੱਕਰੀਆਂ ਮੋੜਾ ਉਹ ਜਦ ਦੇਖੀ ਮਗਰ ਉਹ ਪਤੀਲੀ ਭਾਂਡ ਤੋਂ ਮੇਰਾ ਦਿਲ ਕੱਢ ਗਿਆ ਵੀ ਤਾਂ ਗਈ ਗਈ ਪਤੀਲੀ ਬਾਈ ਪੱਠਿਆਂ ਦੀ ਗੱਡੀ ਆ ਚਾ ਉਹਨੂੰ ਪੁੱਛ ਵੀ ਲੋ ਬੰਦੇ ਨੂੰ ਉਹਨੇ ਮੈਨੂੰ ਪੁੱਛਿਆ ਵੀ ਯਾਰ ਕਹਿੰਦਾ ਬਾਈ ਤੇਰੇ ਝੋਲੇ ਚ ਕੀ ਪਿਆ ਸੀ ਉਹ ਮੈਂ ਕਹਾ ਭਰਾਵਾ ਮੇਰੀ ਪਤੀਲੀ ਬਚ ਗਈ ਐਨੇ ਬਹੁਤ ਆ ਬਾਈ ਉੱਪਰ ਦੀ ਗੱਡੀ ਲੰਘ ਗਈ ਸੌ ਗੱਡੀ ਲੰਘੀ ਬਾਈ ਸੌ ਲੰਘਿਆ ਹੱਥ ਘਾਰਦਾ ਜੇ ਨਹੀਂ ਯਕੀਨ ਆ ਚਿਬ ਪਿਆ ਦੇਖ ਲੋ ਆ ਕੁੰਡੇ ਦਾ ਮੈਂ ਹੁਣ ਲਵਾਏ ਨੇ ਦੋ ਨੇ ਮੇਰੇ ਕੋ ਪਤੀਲੀ ਆਏ ਜਦ ਉੱਪਰ ਜੀ ਨੰਗੀ ਉਹ ਬੰਦੇ ਕੋਲੇ ਚਲਦੇ ਆ ਉਹਨੂੰ ਬੁੱਸਰੂ ਸਾਰੀ ਗੱਡੀ ਨੰਗੀ ਉੱਪਰ ਜੀ ਮੈਂ ਤਾਂ ਹੈਰਾਨ ਆ ਆ ਕੁੰਡੇ ਲਵਾਏ ਨੇ ਮੈਂ ਪਹਿਲਾਂ ਕੁੰਡਿਆਂ ਤੋਂ ਬਿਨਾ ਸੀ ਭਾਈ ਮੇਰੇ ਤੇ ਐ ਜੀ ਗਰੀਬੀ ਹੋ ਗਈ ਸੀ ਕਿਸੇ ਦਿਨ ਦੀ ਮੰਨ ਕੇ ਚਲੋ ਇੱਕ ਆਪਣੇ ਬਰੂੜ ਵਾਲਾ ਕਾਲਾ ਇੱਕ ਮੇਰੇ ਕੋਲ ਫੈਜ ਕਿਹੜੀਆਂ ਕਾਕਾ ਮਾ ਦਾ ਸ਼ੁਕਰਗੁਜ਼ਾਰ ਦਾ ਬੱਚਿਆਂ ਦਾ ਵਿਚਾਰੇ ਨੇ ਆਪਾਂ ਨੂੰ ਮਾੜੇ ਟਾਈਮ ਦੇ ਵਿੱਚ ਜਿਹੜਾ ਬੰਦਾ ਬਈ ਸਾਥ ਦੇ ਦੇ ਰੱਬ ਹੁੰਦਾ ਸਹੀ ਗੱਲ ਹੈ ਠੀਕ ਹੈ ਬੰਦਾ ਉਹੀ ਮੰਨਿਆ ਜਾਂਦਾ ਦੇਖੋ ਖਾ ਕੇ ਬੰਦੇ ਤੋਂ ਪੈਸੇ ਲੈ ਕੇ ਬੰਦਾ ਕੋਈ ਚੀਜ਼ ਉਹ ਕਰ ਜਵੇ ਹੁਣ ਮੈਨੂੰ ਬੰਦਿਆਂ ਨੂੰ ਤੁਹਾਨੂੰ ਪਹਿਲਾਂ ਵੀ ਦੱਸ ਕਿਹੜਾ ਉਹਦੇ ਵਿੱਚ ਵੀ ਦੇਖੋ ਕੈਨੇਡਾ 'ਚ ਬੰਦਾ ਬੈਠਾ ਉਹਦਾ ਇੱਕ ਮੰਦਾ ਚਾਹਵਾ ਉਹਨੇ ਬੱਕਰੀਆਂ ਘੱਕੜੀਆਂ ਤੋਂ ਕੀ ਲੈਣ ਸਹੀ ਗੱਲ ਹੈ ਤੇ ਪਰ ਨਹੀਂ ਭਾਈ ਮੈਂ ਉਹਦਾ ਦਿਲ ਦਾ ਸੌਂਗ ਪੂਰਾ ਕਰੂੰਗਾ ਜਿੱਦਣੇ ਉਹ ਆ ਗਿਆ ਮਾ ਮੇ ਮਟਰ ਪੈਂਸੇ ਵੀ ਲੈ ਲੈ ਮੈਨੂੰ ਉਹਨੂੰ ਮੈਂ ਕਹੀ ਜਨਾ ਬਾਈ ਫੋਨ ਕਰ ਲਾ ਤੂੰ ਮੇਰਾ ਵੱਡਾ ਭਾਈ ਸਮਝ ਨੂੰ ਕਹੇ ਜਾਗਟ ਲੈ ਕੇ ਆਉ ਮੈਂ ਆਏ ਲੈ ਕੇ ਆਉ ਪਤੰਦਰ ਮੈਨੂੰ ਹੁਣ ਫੋਨ ਪਤਾ ਨਹੀਂ ਕਿਉਂ ਨਹੀਂ ਕਰਦਾ ਤੇ ਨਾ ਮੈਨੂੰ ਪੈਸੇ ਨੂੰ ਕਹਿੰਦਾ ਉਹਦੇ ਦਿਲ ਚ ਖਣੀ ਮਾਨ ਚ ਪਤਾ ਨਹੀਂ ਕੀ ਆ ਖਣੀ ਕੋਈ ਕੰਮ ਆ ਭਾਈ ਉਹਨੂੰ ਤੇ ਆ ਮੁੰਡਾ ਇਹ ਲਿਸਟ ਚਾਹੁੰਦਾ ਚਾਚਾ ਜੀ ਕਹਿੰਦਾ ਕਾਲੇ ਬੂਲੇ ਦਾ ਮੈਨੂੰ ਕਹੀ ਜੰਦੇ ਚਾਚਾ ਪੈਸਾ ਨਹੀਂ ਹੁੰਦਾ ਸਭ ਕੁਝ ਮੈਂ ਕਹਿੰਦਾ ਮੈਂ ਤਾਂ ਆਪ ਕਹਿੰਦਾ ਵੀ ਜੇ ਮੈਨੂੰ ਪੈਸੇ ਹੋਉਂਦਾ ਹੁੰਦਾ ਉਹਨੂੰ ਤਾਂ ਲੱਖਾਪਤੀ ਬਣ ਜਾਂਦਾ ਸਹੀ ਗੱਲ ਹੁਣ ਐਵੇਂ ਦੱਸੋ ਵੀ ਇਹ ਕਿੰਨੇ ਸਾਲ ਪੁਰਾਣੀ ਆ ਇਹ ਬਾਈ ਮੰਨ ਕੇ ਚਲੋ ਹੁਣ ਮੇਰੀ ਉਮਰ ਦੇ ਲੋ ਹੋ ਹੀ ਗਈ ਹੁਣੇ 45 ਦੇ ਗੇੜੇ ਤੇ ਨਾਲ ਤੋਂ ਅੱਧਾ ਤਾਂ ਹੋ ਸਕਦੇ ਵੇ ਘੱਟ ਨਹੀਂ ਠੀਕ ਆ ਤੇ ਉਦੋਂ ਮੰਨ ਕੇ ਚਲੋ ਮੇਰੀ ਬੀਬੀ 70 75 ਸਾਲ ਦੀ ਉਮਰ ਦੇ ਵਿੱਚ ਹੋਣੀ ਆ ਉਹ ਤੇ ਥੋੜੇ ਚਿਰ ਮਰ ਗਈ 5-10 ਸਾਲ ਮਗਰੋਂ ਹੁਣੇ ਮਰੀ ਜਮਨ ਦਾ ਹੋ ਕੇ 10 10 ਸਾਲ ਹੋ ਗਏ ਉਹਨੂੰ ਨੇ ਉਹ ਹੋਮੇਰੀ ਮਾਂ ਦੇ ਲੋਕ ਦਾਦੀ ਸੀ ਵੀ ਜਦ ਮੈਨੂੰ ਵੀ ਇੰਨਾ ਕੁ ਤਾਂ ਪਤਾ ਵੀ ਉਹ ਇੰਨੀ ਕੁਮਰ ਦਾ ਬੰਦਾ 70 75 ਸਾਲ ਦਾ ਹੈਗਾ ਸੀ ਅੱਛਾ ਜੀ ਦੀ ਪਤਲੀ ਆ ਜੀ ਦੀ ਪਤਲੀ ਆ ਠੀਕਾ ਤੇ ਉਹ ਬੰਦਾ ਆਇਕਣ ਬਾਈ ਹੋਇਆ ਹੋਇਆ ਹੌਲੀ ਹੌਲੀ ਮੈਂ ਬਰੂਡ ਵਾਲੇ ਕਾਲੇ ਨੂੰ ਫੋਨ ਕਰ ਲਿਆ ਇਕਣੀ ਮੈਂ ਕਿ ਗਾਲੇ ਪਤਲੀ ਆਪਾਂ ਲੈਣੀ ਉਹ ਲੈਣੀ ਹੂੰ ਬਾਅਦ ਫੇ ਰੌਲੀ ਹੌਲੀ ਬਾਈ ਹੌਲੀ ਹੌਲੀ ਹੂੰ ਆਪਾਂ ਨੇ ਲੈ ਲਈ ਕਿੰਨੇ ਸਾਲ ਹੋ ਗਏ ਹੋ ਤਾ ਨਾ ਢਾਈ ਸਾਲ ਤਨ ਤਾ 100 ਸਾਲ ਤਨ ਤਨ ਢਾਈ ਸਾਲ ਹੋ ਬਾਈ ਪੱਕੀ ਦੇਖ ਲਾ ਬਹੁਤ ਹੁੰਦੇ ਨੇ ਨਾ ਹੁਣ ਯਾਰ ਮੇਰੀ ਚਾ 45 ਸਾਲ ਦੀ ਉਮਰ ਹੋ ਗਈ 70 75 ਦੇ ਮੇਰੀ ਬੀਬੀ ਮਰੀ ਜਾ ਹੋ ਗਈ 70 75 ਸਾਲ ਦਾ ਹੋ ਸੀ ਬੰਦਾ ਫਿਰ ਕਿੰਨੇ ਹੋ ਗਈ ਤਿੰਨ 250 ਸਾਲ ਕਹਿ ਰਿਹਾ ਬਾਈ ਬੰਦੇ ਨਹੀਂ ਫਿਰ ਕਿੰਨੇ ਹੋਗੇ ਮੈਨੂੰ ਤੂੰ ਦੱਸ 45 ਦੀ ਮੇਰੀ ਹਾਂ ਹੁਣ ਮਰੀ ਨੂੰ ਮੇਰੀ ਬੀਬੀ ਨੂੰ 10 ਸਾਲ ਦੇ ਕਿੜ ਹੋ ਗਿਆ ਹੂੰ ਆਨ ਡਕਾਟ ਲਾਲਾ ਚੱਲ ਹੈ ਨਾ ਮੈਂ ਦੋ ਵਾਧਾ ਦਸ ਦਨ ਹੁਣਾ ਵੀ ਜੋ ਘਟਾ ਲਾ ਹੁਣ ਤੂੰ ਮੈਂ ਜਣੀ ਮੰਨ ਕੇ ਚੱਲ ਵੀ ਬਈ ਥੋੜਾ ਜਿਹਾ ਕਹਿੰਦੇ ਝੂਠਾ ਬੋਲਣਾ ਚਾਹੀਦਾ ਅੱਛਾ ਵੀ ਉਹ ਆਏ ਆ ਵੀ ਗੱਲ ਵੀ ਦੇਖ ਲੈ ਹੁਣ ਤੂੰ ਆਪ ਲਾਲਾ ਸਾਹਿਬ ਵੀ 70 75 ਸਾਲ ਦਾ ਤਾਂ ਹੋਈ ਇਹ ਬੰਦਾ ਸਹੀ ਗੱਲ ਐਡੀ ਆ ਜਾਣੀ ਗਏ ਆਪਾਂ ਲੈ ਵੀ ਦੇਖ ਸਕਦੇ ਹੋ ਬਾਕੀ ਤੁਸੀਂ ਕਮੈਂਟ ਕਰਕੇ ਦੱਸੋ ਵੀ ਕਿੰਨੇ ਸਾਲ ਪੁਰਾਣੀ ਪਤਲੀ ਹੋ ਸਕਦੀ ਹੈਗੀ ਲੱਖੀ ਬਾਈ ਕਹਿੰਦਾ ਵੀ ਇਹ 2.5 300 ਸਾਲ ਪੁਰਾਣੀ ਹੋ ਗਈ ਨਹੀਂ ਕਿਤਾ ਯਾਰ ਯਕੀਨ ਆ ਪੱਕਾ ਸਾਰਾ ਯਕੀਨ ਕਰਦਾ ਜਾਨੀ ਤੁਸੀਂ ਲਾਤਾ ਯਾਰ ਕਿੰਨੇ ਸਾਲ ਹੋ ਗਏ ਤੁਸੀਂ ਪੜੇ ਹੋ ਆਪਦੇ ਆਪ ਹੀ ਕਮੈਂਟ ਆ ਗਿਆਣਗੇ ਵੀ ਕਿੰਨੇ ਸਾਲ ਪੁਰਾਣੀਆਂ ਬਈ ਠੀਕ ਹੈ ਜੀ ਚੱਲ ਬਈ ਉਹਨੂੰ ਵੀ ਆਪਾਂ ਸਰੂਪਾ ਪਾਵਾਂਗੇ ਯਾਰ ਜਿਹੜਾ ਦੱਸੂਗਾ ਚਾਹੇ ਉਹ ਬੰਦਾ ਕਮੈਂਟਾਂ 'ਚ ਦੱਸੇ ਚਾਹੇ ਫੋਨ ਕਰਕੇ ਦੱਸੇ ਚਾਹੇ ਮੇਰਾ ਝੂਠ ਮੰਨੇ ਪਰ ਮੈਂ ਉਹ ਬੰਦੇ ਨੇ ਸਰੂਪਾ ਪਾਉ ਮੇਰਾ ਵੀਰ ਠੀਕ ਆ ਜੇ ਮੈਨੂੰ ਦੱਸ ਦੇ 10 ਸਾਲ ਤਾਂ ਮੇਰੀ ਬੀਬੀ ਨੂੰ ਹੋ ਗਏ ਹੋਣਗੇ ਮਰੀ ਨੂੰ ਕਿੰਨੇ ਸਾਲ ਦੀ ਹੋ ਗਈ ਮਰੀ ਤੇ ਹੋ ਗਈ ਸੀ ਬੀਬੀ ਉਹ 70 75 ਸਾਲ ਤੇ ਅੱਗੇ ਵਾਲਾ ਬੰਦਾ ਜਿਹਦੇ ਕੋਲ ਹੈਗੀ ਦੀ ਇਹ ਉਹ ਵੀ ਇੰਨੇ ਕੁ ਦਾ ਹੀ ਠੀਕਾ ਤੇ ਉਹਨੂੰ ਅੱਗੋਂ ਕਿੱਥੋਂ ਮਿਲੀ ਦੀ ਇਹ ਅੱਗੋਂ ਹਣ ਉਹ ਹੀ ਉਹ ਹੀ ਜਾਣਦਾ ਵੀ ਹੱਲਿਆ ਵੇਲੇ ਉਹਨਾਂ ਗੁੱਜਰਾਂ ਕਾਚਰਾਂ ਦੀ ਪਤਲੀ ਚੱਕੀ ਹੋਈ ਸੀ ਇਹ ਠੀਕ ਹੈ ਜਨ ਕਿ ਉਹ ਤੋਂ ਵੀ ਇਹ ਗਾਹਾਂ ਦੀ ਹੈਗੀ ਇਹ ਗੁੱਜਰਾਂ ਦੀ ਚੱਕੀ ਹੋਈ ਪਤਲੀ ਹੈ ਠੀਕ ਹੈ ਇਹਦੇ ਕੋਈ ਕੰਡਾ ਨਹੀਂ ਸੀ ਕੁਸ ਨਹੀਂ ਸੀ ਇਹਨੇ ਸੌਕੇ ਬਣਾਈ ਹੋਈ ਆ ਮਤ ਬੋਲੇ ਠੀਕਾ ਲੈ ਵੀ ਦੇਖਦੇ ਆਂ ਅੱਗੋਂ ਦੀ ਅੱਗੋਂ ਆ ਜਾਣਗੇ ਪਾਕਿਸਤਾਨ ਚ ਵਾਈ ਹੋਈ ਕਹਿ ਸਕਦੇ ਆਪਾਂ ਬਈ ਮੰਨਦੇ ਆਂ ਹੋ ਸਕਦੀ ਹੈ ਹੋ ਸਕਦਾ ਹੈ ਕਿਉਂਕਿ ਜਦੋਂ ਆਈ ਜੀ 1 ਮਿੰਟ ਜਦ ਪਾਕਿਸਤਾਨੀਆਂ ਆਪਾਂ ਤੋਂ ਬੱਕਰੀਆਂ ਲਿਜਾ ਸਾਦੇ ਨੇ ਜਦ ਹੱਲਾ ਪਿਆ ਹਨਾ ਉਦਾਂ ਜਿਹੜੇ ਵਿਚਾਰੇ ਇੱਧਰ ਰਹਿ ਗਏ ਰਹਿ ਗਏ ਜਿਹੜੇ ਵਿਚਾਰੇ ਉੱਧਰ ਵਾਗੇ ਪਾਕਿਸਤਾਨੀ ਉਹ ਬੱਕਰੀਆਂ ਵੀ ਆਪਣੀਆਂ ਲੈ ਕੇ ਉਹਨੂੰ ਇੰਨਾ ਸਾਹਮਣੇ ਆਪਣੇ ਆਨੇ ਗੰਜਰ ਦੇ ਨੇ ਡਾਤੀ ਆਪਣੇ ਲਿਆ ਇਹ ਤਾਂ ਪਤਿਲੀਆਂ ਚੱਕਣ ਜੋਗੇ ਰਹਿ ਗਏ ਇਹ ਤਾਂ ਪਤਿਲੀਆਂ ਚੱਕਣ ਜੋਗੇ ਰਹਿ ਗਏ ਯਾਰ ਇਹਨਾਂ ਨੇ ਉਹ ਪਤਾ ਕੀ ਕਰਿਆ ਮੈਨਾਂ ਬੁੜਿਆਂ ਤੋਂ ਸੁਣਦਾ ਹੁਣ ਨਾ ਗੱਲਾਂ ਇਹ ਕਹਿੰਦੇ ਆਪਣੇ ਨੇ ਪਤਾ ਕੀ ਕਰਿਆ ਵਿਚਾਰੇ ਕੁਰਬਾਨੀਆਂ ਕਰਨ ਵਾਲੇ ਕੁਰਬਾਨੀਆਂ ਕਰਦੇ ਹਾਲਾਤ ਦੇਖੋ ਦੇਖੋ ਉਹ ਮੁਸਲਮਾਨ ਪਾਈਆਂ ਨੇ ਪਹਿਲਾਂ ਦੇਖੋ ਉਹਨਾਂ ਨੇ ਮਾਰੀ ਕਰੀ ਤਾਂ ਵੀਰ ਮੇਰੇ ਉਹ ਆਪਣਿਆਂ ਨੇ ਕੰਮ ਚੱਕਦਾ ਹੁਣ ਤਾਂ ਬਰਾਬਰੀ ਬਰਾਬਰੀ ਹੁਣ ਤਾਂ ਜੇ ਦੇਖੋ ਬਰਾਬਰੀ ਨੇ ਉਹਨਾਂ ਆਪਾਂ ਕਿਹਨੂੰ ਮਾਰਾ ਕਹੀਏ ਕਿਹਨੂੰ ਚੰਗਾ ਕਹੀਏ ਸਾਰੇ ਚੰਗੇ ਨੇ ਸਾਰੇ ਯਾਰ ਚੰਗੇ ਨੇ ਦੇਖੋ ਜੀ ਤੁਸੀਂ ਵੀ ਹੁਣ ਕਮੈਂਟ ਕਰਕੇ ਦੱਸੋ ਵੀ ਇਹ ਕਿੰਨੇ 100 ਸਾਲ ਪੁਰਾਣੀ ਹੋ ਸਕਦੇ ਠੀਕ ਹੈ ਜੀ ਲੱਖੇ ਬਾਈ ਨੇ ਸਾਰਾ ਕੁਝ ਦੱਸਤਾ ਵੀ ਹੈ ਉਹ ਬੰਦੇ ਕੋਲ ਇੰਨੇ ਸਾਲ ਰਹੀ ਹੈ ਉਹ ਇੰਨੇ ਕਿ ਚੱਲ ਰਹੀ ਹੈ ਕਿਉਂਕਿ ਉਹ ਤੋਂ ਵੀ ਅੱਗੋਂ ਦੀ ਅੱਗੋਂ ਆਈ ਹੋਈ ਹੈਗੀ ਕਸ ਕਸ ਪਤਾ ਹੈ ਕਿ ਸਰ ਕਸ ਕੇ ਬਈ ਪਤਲੀ ਜੀ ਰਹਿ ਗਈ ਹੈ ਹੁਣ ਵੀ ਹੈਗੀ ਹੈ ਲਗਭਗ 1.5 ਮੈਂ ਕਹਿੰਦਾ ਵੀ ਇਹ ਮੈਨੂੰ ਮਾਰ ਦੋ ਹੈ ਮੈਂ ਕਹਿੰਦਾ ਮੈਨੂੰ ਮਾਰ ਦੋ ਪਤਾ ਨਹੀਂ ਕੋਈ ਪੋਤਾ ਦੇਖੋ ਹੁਣ ਇਹ ਜਵਾਖ ਦੇ ਜਵਾਖ ਦੇ ਵਰਤਨ ਇਹਨੂੰ ਕਹੀ ਆਏ ਗੱਲ ਮੈਂ ਕਰੇ ਤੇ ਜੇ ਮੈਂ ਮਰ ਗਿਆ ਵੀ ਪੁੱਤ ਬਣ ਕੇ ਮੇਰੀ ਪਤਲੀ ਨਾ ਦੇਉ 48 ਛੋਟੀਆਂ ਨਹੀਂ ਠੀਕ 48 ਛੋਟੀਆਂ ਨੇ 48 ਵਿੱਚੋਂ ਜੇ ਤੁਸੀਂ ਬਹੁਤਾ ਨਹੀਂ ਦੱਸ ਕੇ ਰੱਖ ਲਓ ਬਾਕੀ ਜائیں ਨਾਲ ਫੂਕ ਦਿਓ ਜਿਹੜੀ ਇਹ ਮੇਰੀ ਛੋਟੀਆਂ ਜائیں ਬੰਨਣ ਨਾਲ ਮੇਰੇ ਘਰ ਦੇ ਸੰਦ ਦਿਖਾਉਂਗਾ ਇੱਕ ਦਿਨ ਬਾਈ ਪਿੱਛੇ ਹੀ ਫੂਕ ਦਣਗੇ ਮੈਨੂੰ ਅੱਛਾ ਮੈਂ ਬਾਅਦੇ ਨਾਲ ਕਹਣਾ ਠੀਕ ਆ ਇੰਨੇ ਛੋਟੀਆਂ ਨੇ ਮੀ ਸੌਂਗ ਸੀ ਵੀ ਮਿੱਤਰੋ ਕਮੈਂਟ ਕਰਕੇ ਦੱਸੋ ਵੀ ਇਹ ਪਤਿੱਲੀ ਕਿੰਨੇ ਸਾਲ ਪੁਰਾਣੀ ਹੋ ਸਕਦੀ ਹੈ ਠੀਕ ਆ ਜਿਹੜਾ ਮੇਰਾ ਬਾਈ ਸਹੀ ਦੱਸੂਗਾ ਠੀਕ ਆ ਇਨਾਮ ਦੇਵਾਗੇ ਭਾਈ ਨਾ ਹਾਂ ਵੀਰੇ ਹਾਂ ਇਹ ਨਾਮ ਦੇਵਾਗੇ ਜਿਹੜਾ ਮੇਰਾ ਭਾਈ ਦੱਸ ਦੂ ਵੀ ਕਿੰਨੇ ਸਾਲ ਪੁਰਾਣੀ ਪਤਲੀ ਐ ਲੋ ਜੀ ਬਾਈ ਜੀ ਕਰ ਦੋ ਕਮੈਂਟ ਠੀਕ ਆ ਜੀ ਦੇਖਦੇ ਆ ਕਿਹੜਾ ਮੇਰਾ ਭਾਈ ਸਹੀ ਦਾ ਇਹਦਾ ਧੰਨਵਾਦ ਕਰ ਦੋ ਕਮੈਂਟ ਸასი ਕਾਲ ਵੀਰੇ ਸਾਰੇ ਮੇਰੇ ਭਾਈਆਂ ਨੂੰ ਮੇਰੀਆਂ ਭੈਣਾਂ ਜਿਹੜੀਆਂ ਦੇਖਦੀਆਂ ਨੇ ਜੇ ਮੇਰੀ ਵਧੀਆ ਗੱਲਾਂ ਲੱਗੀਆਂ ਤਾਂ ਜਰੂਰ ਕਮੈਂਟ ਕਰਿਓ ਕਿਉਂਕਿ ਮੈਂ ਵੀ ਮੇਰਾ ਗਰੀਬ ਭਾਈ ਆਈ ਭਾਈ ਮੇਰਾ ਬਣਾਊਗਾ ਚੈਨਰ ਹਾਣ ਠੀਕ ਆ ਗੱਲ ਫਿਰ ਮੈਂ ਉਹਦੇ ਵਿੱਚ ਦੇਖਿਆ ਕਰੂੰ ਬਣਾ ਕੇ ਬਾਹਰਲੇ ਦੇਖਿਆ ਕਰੂੰ ਕਿਵੇਂ ਕਰਦੇ ਆ ਠੀਕ ਆ ਲੱਗੀ ਭਾਈ ਚੰਗਾ ਜੀ